हाँ जी टेक सिंह जी। हाँ जी मिनी गैस्ट्रिक बाईपास कदों होया तुहाडा? एक साल ते तीन चार महीने हो गए जी। अच्छा किन्ना भार सी पहला तुहाडा? 141 सीगा जी। 141 हाँ जी ते हुण किन्ना हैगा? हुण मेरा 87-88 किलो है। 87-88 ते ही चलदा ही है? दो महीने हो गए। अच्छा हाँ जी हुण मतलब रुक गया, होर घट भी नहीं रहा है? हाँ जी हाँ जी। ਤੇ ਤੁਸੀਂ ਇਹ ਦੱਸੋ ਵੀ ਇਹ 52 ਕਿਲੋ ਭਾਰ ਜਿਹੜਾ ਤੁਹਾਡਾ ਘਟਿਆ 52-53 ਕਿਲੋ, ਹਾਂਜੀ ਇਸ ਤੋਂ ਬਾਅਦ ਕੋਈ ਤੁਹਾਨੂੰ ਕਮਜ਼ੋਰੀ ਕੋਈ ਵੀਕਨੈਸ ਨਹੀਂ ਹੈ ਜੀ? ਤਾਂ ਕੋਈ ਨਹੀਂ ਜੀ, ਕੋਈ ਵੀਕਨੈਸ ਨਹੀਂ ਫੀਲ ਹੁੰਦੀ? ਨਹੀਂ ਜੀ ਨਹੀਂ। ਤੇ ਖੁਰਾਕ ਕਿੰਨੀ ਇੱਕ ਟਾਈਮ 'ਤੇ ਕਿੰਨੀਆਂ ਰੋਟੀਆਂ ਖਾ ਲਓ? ਖੁਰਾਕ ਸੁਬਾਹ 1.5 ਰੋਟੀ ਸੁਬਾਹ ਖਾ ਲਈ ਦੀ, 1.5 ਸ਼ਾਮ ਨੂੰ ਖਾ ਲਈ। 1.5 ਰੋਟੀ ਨਾਲ ਪੇਟ ਭਰ ਜਾਂਦਾ? ਹਾਂਜੀ ਹਾਂਜੀ। ਠੀਕ ਆ, ਅਤੇ ਬਾਕੀ ਵਿਟਾਮਿਨ ਵਗੈਰਾ ਖਾਈ ਜਾਂਦਾ? ਹਾਂਜੀ ਹਾਂਜੀ। ਇਹਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਡਿਸਕਸ ਕਰਨ ਵਾਲੀ ਆਪਣੀ ਕਿ ਜਿਹੜਾ ਇਹ ਮੋਟਾਪਾ ਸਰਜਰੀ ਆ, ਹਾਂਜੀ ਹਾਂਜੀ, ਜਿਵੇਂ ਤੁਸੀਂ ਪਹਿਲਾਂ ਦੇਖਿਆ ਵੀ ਪਹਿਲਾਂ ਤੁਹਾਨੂੰ ਸਾਹ ਚੜ੍ਹਦਾ ਸੀ? ਹਾਂਜੀ ਹਾਂਜੀ, ਸਾਹ ਬਹੁਤ ਚੜ੍ਹਦਾ ਸੀ। ਬੀਪੀ ਵੀ ਹਾਈ ਰਹਿੰਦਾ ਸੀ, ਘਰਾੜੇ ਵੀ ਵੱਜਦੇ? ਹਾਂਜੀ ਬਹੁਤ ਵੱਜਦੇ। ਹੁਣ ਵੱਜਦੇ? ਨਹੀਂ ਵੱਜਦੇ। ਇਹ ਜਿਹੜੀਆਂ ਬਿਮਾਰੀਆਂ ਨੇ ਘਰਾੜੇ, ਸਲੀਪ ਐਪਨੀਆ, ਆਪਾਂ ਸੁਣਦੇ ਹਾਂ ਜੀ ਯੰਗ ਬੰਦਾ ਸੁੱਤਾ ਪਿਆ ਰਹਿ ਗਿਆ, ਹਾਂਜੀ ਹਾਂਜੀ, ਇਹ ਸਾਰਾ ਮੋਟਾਪੇ ਨਾਲ ਸੰਬੰਧਿਤ ਨੇ। ਠੀਕ ਹੈ। ਸ਼ੂਗਰ? ਸ਼ੂਗਰ ਤਾਂ ਨਹੀਂ? ਸ਼ੂਗਰ ਨਹੀਂ ਜੀ। ਅੱਛਾ, ਸੋ ਬਲੱਡ ਪ੍ਰੈਸ਼ਰ, ਸਾਹ ਚੜ੍ਹਨਾ, ਗੋਡੇ ਦੁੱਖਣੇ, ਹਾਂਜੀ, ਮੋਟਾਪਾ ਜਿਹੜਾ ਇੱਕ ਬਿਮਾਰੀ ਆ, ਹਾਂਜੀ, ਇਹਦੇ ਨਾਲ ਨਾਲ ਆ ਬਿਮਾਰੀਆਂ ਵੀ ਨਾਲ ਚੱਲਦੀਆਂ ਨੇ। ਠੀਕ ਹੈ ਜੀ। ਅਤੇ ਇਹ ਜਿਹੜਾ ਮਿਨੀ ਗੈਸਟ੍ਰਿਕ ਬਾਈਪਾਸ ਆ, ਇਹਦੀ ਬਿਊਟੀ ਇਹ ਆ ਕਿ ਇਹ 35 ਮਿੰਟ 'ਚ ਆਪਰੇਸ਼ਨ ਹੋ ਜਾਂਦਾ। ਠੀਕ ਹੈ। ਬੇਹੋਸ਼ੀ ਜਿਹੜੀ ਆ ਉਹ ਘੱਟ ਦੇਣੀ ਪੈਂਦੀ ਆਪਾਂ ਨੂੰ। ਹਾਂਜੀ ਹਾਂਜੀ। ਪੇਸ਼ੈਂਟ ਛੇਤੀ ਬੈੱਡ 'ਚੋਂ ਬਾਹਰ ਆ ਜਾਂਦਾ। ਹਾਂਜੀ ਹਾਂਜੀ। ਤੁਸੀਂ ਲੱਗੇ ਸੀ ਸੇਮ ਡੇ 'ਤੇ ਤੁਰਨ ਫਿਰਨ ਲੱਗ? ਹਾਂਜੀ ਹਾਂਜੀ, ਅਤੇ ਉਦਾਂ ਹੀ ਮਤਲਬ ਸ਼ਾਮ ਨੂੰ ਵੀ ਪਤਾ ਲੱਗ ਗਿਆ। ਸੋ ਇਹਦੇ 'ਚ ਅਸੀਂ ਇਹ ਚਾਹੁੰਦੇ ਹਾਂ ਵੀ ਪੇਸ਼ੈਂਟ ਛੇਤੀ ਆਊਟ ਆਫ ਬੈੱਡ ਹੋਣਾ ਚਾਹੀਦਾ, ਤੁਰਨਾ ਚਾਹੀਦਾ। ਠੀਕ ਹੈ। ਉਨੀਆਂ ਕੰਪਲੀਕੇਸ਼ਨਸ ਘੱਟ ਆ। ਠੀਕ ਹੈ। ਅਤੇ ਜੇ ਇਸ ਤਰ੍ਹਾਂ ਹੋਵੇ ਤਾਂ ਫਿਰ ਇਹ ਜਿਵੇਂ ਕੋਈ ਵੀ ਆਮ ਓਪਰੇਸ਼ਨ ਆ ਉਸੇ ਤਰ੍ਹਾਂ ਹੀ ਇਹ ਹੋ ਜਾਂਦਾ। ਹਾਂਜੀ। ਹੁਣ ਉਸ ਤੋਂ ਜ਼ਿਆਦਾ ਤਕਲੀਫ ਤੁਹਾਨੂੰ ਨਹੀਂ ਹੋਈ ਹੋਊਗੀ ਜੇ ਤੁਹਾਡਾ ਕੋਈ ਹੋਰ ਵੀ ਓਪਰੇਸ਼ਨ ਹੁੰਦਾ, ਪਿੱਤੇ ਦੀ ਪੱਥਰੀ ਦਾ, ਅਪੈਂਡਿਕਸ ਦਾ, ਹਾਂ ਦਾ, ਜਿੰਨੀ ਤਕਲੀਫ ਉਹਦੀ ਹੋਣੀ ਸੀ ਉਨੀ ਇਹਦੀ। ਹਾਂਜੀ ਹਾਂਜੀ, ਨਹੀਂ ਪਤਾ ਹੀ ਨਹੀਂ ਲੱਗਿਆ। ਅੱਛਾ, ਭਾਰ ਦਾ ਇਹਦੇ 'ਚ ਇਹ ਆ ਵੀ ਭਾਰ ਨੇ ਘਟਣਾ ਹੀ ਘਟਣਾ। ਹਾਂਜੀ। ਓਪਰੇਸ਼ਨ ਇੰਨਾ ਸਟਰੋਂਗ ਹੈ, ਮੇਨ ਤੁਸੀਂ ਧਿਆਨ ਇਹ ਰੱਖਣਾ ਹੁੰਦਾ ਵੀ ਖੁਰਾਕ ਵਧੀਆ ਖਾਣੀ। ਠੀਕ ਹੈ। ਤੁਸੀਂ ਅੰਡਾ ਖਾਂਦੇ ਹੋ ਡੇਲੀ? ਹਾਂਜੀ ਹਾਂਜੀ। ਅੰਡਾ, ਚਿਕਨ ਵਗੈਰਾ ਹਫ਼ਤੇ 'ਚ 2-3 ਵਾਰ ਜ਼ਰੂਰ ਖਾਓ। ਥੋੜਾ ਖਾਣਾ ਪਰ ਚੰਗਾ ਖਾਣਾ। ਚੰਗਾ, ਇਹ ਆਪਰੇਸ਼ਨ ਦਾ ਫਾਰਮੂਲਾ। ਠੀਕ ਹੈ। ਨਾਲ ਵਿਟਾਮਿਨ ਵੀ ਖਾਣੇ ਆ, ਪਰ ਵਿਟਾਮਿਨ ਜਿਹੜੇ ਆ ਉਹ ਸਾਰਾ ਕੰਮ ਨਹੀਂ ਕਰਦੇ 100%। ਠੀਕ ਹੈ। ਵਿਟਾਮਿਨ ਸਿਰਫ 10-15% ਕੰਮ ਕਰਦੇ ਆ, ਬਾਕੀ ਕੰਮ ਤੁਹਾਡੀ ਖੁਰਾਕ ਨੇ ਕਰਨਾ। ਠੀਕ ਹੈ। ਉਹ ਖੁਰਾਕ ਵਧੀਆ ਖਾਣੀ, ਵਿਟਾਮਿਨ ਖਾਣੇ। ਠੀਕ ਹੈ। ਫਿਰ ਆਪਾਂ ਨੂੰ ਇਹ ਚਿੰਤਾ ਹੁੰਦੀ ਆ ਵੀ ਕੱਲ੍ਹ ਨੂੰ ਕਿਤੇ ਭਾਰ ਵਧਣ ਨਾ ਲੱਗੇ। ਠੀਕ ਹੈ। ਅੱਛਾ, ਤੁਹਾਡੇ ਅੰਦਰ ਤਾਂ ਗੈਸਟ੍ਰਿਕ ਬਾਈਪਾਸ ਵੀ ਹੋਇਆ ਹੋਇਆ। ਹਾਂਜੀ। ਉਹਨੇ ਹਮੇਸ਼ਾ ਤੁਹਾਡੇ ਲਈ ਕੰਮ ਕਰਦਾ ਰਹਿਣਾ। ਠੀਕ ਹੈ। ਬਟ ਇਹ ਆ ਵੀ ਆਪਾਂ ਫਿਰ ਵੀ ਇਹਦਾ ਧਿਆਨ ਇਹਦੀ ਜਿਹੜੀ ਸਾਂਭ ਸੰਭਾਲ ਆਪਰੇਸ਼ਨ ਦੀ ਇਹ ਕਰਨੀ ਜ਼ਰੂਰੀ ਆ। ਠੀਕ। ਜਿਵੇਂ ਪਹਿਲਾਂ ਤਾਂ ਇਹ ਸੀ ਨਾ ਵੀ ਪਹਿਲਾਂ ਦਾ ਕੰਟਰੋਲ ਨਹੀਂ ਹੁੰਦਾ, ਨਹੀਂ ਹੁੰਦਾ, ਜੇ ਵਧਣ ਲੱਗੇ ਤਾਂ ਵਧੀ ਜਾਂਦਾ, ਵਧੀ ਜਾਂਦਾ ਸੀ, ਜੇ ਘੱਟਦਾ ਸੀ ਫਿਰ ਛੇਤੀ ਵੱਧ ਜਾਂਦਾ ਸੀ, ਹੁਣ ਇਵੇਂ ਨਹੀਂ ਹੋਊਗਾ, ਛੇਤੀ ਨਹੀਂ ਵਧੂਗਾ, ਪਰ ਫਿਰ ਵੀ ਇਹਦੀ ਸੰਭਾਲ ਕਰਨੀ ਜ਼ਰੂਰੀ ਹੈ। ਡੇਲੀ ਤੁਸੀਂ 15 ਮਿੰਟ ਐਕਸਰਸਾਈਜ਼ ਕਰੋ, ਪਹਿਲਾਂ ਤੁਸੀਂ ਕਰ ਨਹੀਂ ਸਕਦੇ ਸੀ, ਹੁਣ ਤੁਸੀਂ ਕਰ ਸਕਦੇ ਹੋ। ਠੀਕ ਹੈ। ਚਾਹੇ ਤਾਂ ਸਾਈਕਲ 'ਤੇ ਪੈਡਲ ਮਾਰ ਲਓ 15 ਮਿੰਟ, ਜਾਂ ਫਿਰ ਸੈਰ ਕਰ ਲਓ ਤੇਜ਼। ਠੀਕ ਹੈ। ਠੀਕ ਹੈ। ਅਤੇ ਡਾਇਟ ਦਾ ਧਿਆਨ ਰੱਖੋ, ਅਤੇ ਇਹੀ ਇਹ 'ਚ ਗੱਲਾਂ, ਬਾਕੀ ਇਹ 'ਚ ਕੋਈ ਹੋਰ ਜ਼ਿਆਦਾ ਆਪਾਂ ਨੂੰ ਡਰਨ ਵਾਲੀ ਗੱਲ ਨਹੀਂ ਆ। ਸਾਲ 'ਚ ਇੱਕ ਵਾਰੀ ਬਲੱਡ ਟੈਸਟ ਜ਼ਰੂਰ ਕਰਾਉਣੇ ਆ ਤੁਸੀਂ ਆਪਣੇ। ਠੀਕ ਹੈ। ਉਹ ਸਾਨੂੰ ਤੁਸੀਂ ਚਾਹੇ ਟੈਲੀਫੋਨ 'ਤੇ ਦੱਸਤਾ ਜਾਂ ਫਿਰ ਆ ਕੇ ਕਰਾ ਕੇ ਅਤੇ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ, ਬਟ ਇਹ ਆ ਵੀ ਸਾਨੂੰ ਭੁੱਲਣਾ ਨਹੀਂ ਹੈਗਾ। ਠੀਕ ਹੈ ਜੀ। ਟੈਸਟ ਸਾਲ 'ਚ ਇੱਕ ਵਾਰੀ ਜ਼ਰੂਰ ਕਰਾਉਂਦੇ ਰਹੇ।